ਕਬੱਡੀ ਨੂੰ ਪੂਰੇ ਸੰਸਾਰ ਵਿੱਚ ਪਿਆਰ ਕਰਨ ਵਾਲੇ ਪ੍ਰਮੋਟਰ ਅਤੇ ਸਪੋਰਟਰ ਵੀਰੋ, ਤੁਹਾਨੂੰ ਸਾਰਿਆਂ ਨੂੰ ਗੁਰਪਾਲ ਸਿੰਘ ਪਾਲੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਕਬੱਡੀ ਦੇ ਵਿੱਚ ਜਿਹੜਾ ਬਹੁਤ ਵੱਡਾ ਸੋਗ ਪੈ ਗਿਆ ਉਹਦੇ ਉੱਤੇ ਗੱਲ ਕਰਨੀ ਚਾਹੁੰਦੇ ਹਾਂ। ਬਿੱਟੂ ਦੁਗਾਲ ਜਿਹੜਾ ਦੁਨੀਆ ਦਾ ਜਾਣਿਆ ਪਛਾਣਿਆ ਸੰਸਾਰ ਦਾ ਪ੍ਰਸਿੱਧ ਕਬੱਡੀ ਖਿਡਾਰੀ ਸੀ, ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਇਹਦੇ ਨਾਲ ਵੱਖੋ ਵੱਖ ਕਬੱਡੀ ਦੇ ਪਿਆਰ ਕਰਨ ਵਾਲੇ ਬੰਦਿਆਂ ਦੇ ਮਨਾਂ ਦੇ ਵਿੱਚ ਬਹੁਤ ਵੱਡੀਆਂ ਵਿਚਾਰਾਂ ਹੋਣਗੀਆਂ। ਸਾਡੇ ਵੀ ਮਨ ਦੇ ਵਿੱਚ ਇਸ ਗੱਲ ਦਾ ਗਿਲਾ ਹੈ, ਸ਼ਿਕਵਾ ਹੈ, ਕਿਉਂਕਿ ਲਗਾਤਾਰ ਇੱਕ ਸਾਲ ਦੇ ਵਿੱਚ 11ਵਾਂ ਖਿਡਾਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਔਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਗਿਆ, ਜਿਨ੍ਹਾਂ ਦਾ ਹੋ ਸਕਦਾ ਕੋਈ ਵਾਲੀ ਵਾਰਸ ਵੀ ਨਾ ਹੋਵੇ। ਔਰ ਜ਼ਿਆਦਾਤਰ ਜਿਹੜੇ ਕਬੱਡੀ ਪਲੇਅਰ ਮਰੇ ਉਹਨਾਂ ਦੇ ਵਿੱਚੋਂ ਬਹੁਤ ਨਾਮੀ ਪਲੇਅਰ ਸਨ। ਕਾਰਨ ਕੀ ਹੈ ਕਿਸੇ ਨੂੰ ਕੁਛ ਨਹੀਂ ਪਤਾ, ਜੇ ਪਤਾ ਹੈ ਤਾਂ ਕੋਈ ਬੋਲਣਾ ਨਹੀਂ ਚਾਹੁੰਦਾ, ਜੇ ਕੋਈ ਬੋਲਣਾ ਚਾਹੁੰਦਾ ਕੋਈ ਮੀਡੀਆ ਨਹੀਂ ਔਰਗਨਾਈਜ਼ ਕਰ ਰਿਹਾ। ਅਤੇ ਬੜੀ ਦੁੱਖ ਦੀ ਗੱਲ ਹੈ ਕਿ ਆਪਾਂ ਜਿਹੜੀ ਖੇਡ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀਗੇ ਉਹ ਕਬੱਡੀ ਖਿਡਾਰੀਆਂ ਦੀਆਂ ਮੌਤਾਂ ਦੇ ਨਾਲ ਨਾਲ ਉਹ ਕਬੱਡੀ ਖੇਡ ਮਰ ਰਹੀ ਹੈ। ਇਹਨੂੰ ਜਿੰਦਾ ਰੱਖਣਾ ਅਤੇ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਵਰਲਡ ਕਬੱਡੀ ਕਾਨਫਰੰਸ ਸਦਕੇ ਕਬੱਡੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਦੁਨੀਆ ਦੇ ਵਿੱਚ ਪ੍ਰਮੋਟਰ ਵੱਖ ਵੱਖ ਕੰਟਰੀਆਂ 'ਚ ਬੈਠੇ ਨੇ ਉਹ ਇਸ ਚੀਜ਼ ਦੇ ਉੱਤੇ ਤਵੱਜੋ ਦੇਣ ਔਰ ਵਰਲਡ ਕਬੱਡੀ ਫੈਡਰੇਸ਼ਨ ਜਿਹੜੀ ਆ ਉਹਨੂੰ ਜਲਦੀ ਤੋਂ ਜਲਦੀ ਹੋਂਦ 'ਚ ਲਿਆਂਦਾ ਜਾਵੇ ਤਾਂ ਜੋ ਕਬੱਡੀ ਦੇ ਭਵਿੱਖ ਨੂੰ ਲੈ ਕੇ ਜਿਹੜੇ ਫੈਸਲੇ ਹੋਣ ਉਹ ਪੂਰੀ ਦੁਨੀਆ ਦੇ ਉੱਤੇ ਲਾਗੂ ਹੋਣ। ਸਾਡੇ ਲਈ ਉਹ ਕਬੱਡੀ ਪਲੇਅਰ ਹੈ ਪਰ ਉਹ ਕਿਸੇ ਮਾਂ ਦਾ ਪੁੱਤ ਵੀ ਹੈ। ਕਬੱਡੀ ਪਲੇਅਰ ਕੋਈ ਚੌਂ ਭਰਾਵਾਂ ਦੇ ਵਿੱਚੋਂ ਇਕੱਲਾ ਨਹੀਂ ਹੋ ਸਕਦਾ, ਹੋ ਸਕਦਾ ਉਹ ਇੱਕ ਘਰ ਦੇ ਵਿੱਚ ਜੰਮਿਆ ਹੋਇਆ ਬੰਦਾ ਹੋਵੇ, ਪਰ ਜਿਹੜੇ ਘਰ ਦਾ ਚਿਰਾਗ ਬੁੱਝ ਜਾਣਾ ਉਦੋਂ ਉਸ ਘਰ ਨੂੰ ਪੁੱਛਿਆ ਜਾਣੇ। ਦੁਨੀਆ ਦੇ ਵਿੱਚ ਹੋਰ ਵੀ ਖੇਡਾਂ ਖੇਡੀਆਂ ਜਾਂਦੀਆਂ, ਵੇਟ ਲਿਫਟਿੰਗ 'ਚ ਜ਼ੋਰ ਲੱਗਦਾ, ਹਾਕੀ 'ਚ ਜ਼ੋਰ ਲੱਗਦਾ, ਰੈਸਲਿੰਗ 'ਚ ਜ਼ੋਰ ਲੱਗਦਾ, ਜਿਮਨਾਸਟਿਕ ਜਿੰਨੀਆਂ ਗੇਮਾਂ ਨੇ ਸਾਰਿਆਂ 'ਚ ਜ਼ੋਰ ਲੱਗਦਾ। ਕ੍ਰਿਕਟ ਦੀ ਗੇਮ ਹੈ, ਵਰਲਡ ਪ੍ਰਫੁੱਲਿਤ ਗੇਮ ਹੈ, 8 ਘੰਟਿਆਂ ਦੀ ਜਿਹੜੀ ਵਨਡੇ ਪਾਰੀ ਖੇਡੀ ਜਾਂਦੀ ਹੈ, ਟੈਸਟ ਹੁੰਦੇ ਆ, T20 ਹੁੰਦੇ ਆ, ਪਰ ਕਿਸੇ ਵੀ ਖੇਡ ਦੇ ਵਿੱਚ ਇੰਨੀ ਗਿਣਤੀ ਦੇ ਵਿੱਚ ਪਲੇਅਰ ਮਾਰਦੇ ਨਹੀਂ ਦੇਖੇ। ਇਹ ਕਬੱਡੀ 'ਚ ਹੀ ਕਿਉਂ ਹੈ, ਕੀ ਕਾਰਨ ਨੇ, ਕੀ ਅਸੀਂ ਲੱਭਣੇ ਨਹੀਂ ਚਾਹੁੰਦੇ ਕਾਰਨ, ਕੀ ਅਸੀਂ ਇਸ ਗੱਲ ਦੇ ਜ਼ਿੰਮੇਵਾਰ ਨਹੀਂ ਗੇ ਜਿਹੜੇ ਅਸੀਂ ਕਬੱਡੀ ਕਰਾ ਰਹੇ ਹਾਂ? ਹਾਂ, ਅਸੀਂ ਜ਼ਿੰਮੇਵਾਰ ਹਾਂ। ਇਹ ਸਾਡੀਆਂ ਵੀ ਕੁਛ ਗਲਤੀਆਂ ਨੇ, ਦਿਨੋਂ ਦਿਨ ਜੱਫਿਆਂ ਦੇ ਉੱਤੇ ਲੱਗਦੇ ਲੱਖਾਂ ਰੁਪਏ, ਦਿਨੋਂ ਦਿਨ ਵੱਡੇ ਵੈਸਟਾਂ ਨੂੰ ਇਨਾਮ, ਇਹ ਇੱਕ ਕਾਰਨ ਹੈ। ਵੱਡੇ ਇਨਾਮ ਵੀ ਇੱਕ ਕਾਰਨ ਨੇ, ਕਿਉਂਕਿ ਜਿਹੜਾ 50 ਜਾਂ 60 ਕਿਲੋ ਕਬੱਡੀ ਖੇਡਦਾ, ਵਜਨੀ ਕਬੱਡੀ ਖੇਡਦਾ, ਉਹਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਫਿੱਟ ਹੋ ਗਈ ਕਿ ਮੈਂ ਜਲਦੀ ਤੋਂ ਜਲਦੀ ਇੰਟਰਨੈਸ਼ਨਲ ਪਲੇਅਰ ਕਿਵੇਂ ਬਣਾ ਔਰ ਮੇਰੇ 'ਤੇ ਲੱਖਾਂ ਰੁਪਏ ਕਿੱਦਾਂ ਲੱਗਣ, ਮੈਂ ਇੰਗਲੈਂਡ, ਕਨੇਡਾ, ਅਮੈਰੀਕਾ ਕਿੱਦਾਂ ਖੇਡਾਂ, ਔਰ ਉਹਦੇ ਲਈ ਉਹਨੂੰ ਕੁਛ ਵੀ ਕਰਨਾ ਪਵੇ ਉਹ ਕਰ ਰਿਹਾ ਅੱਜ ਦੀ ਡੇਟ 'ਚ। ਜਿਹੜੀਆਂ ਫੈਡਰੇਸ਼ਨ ਨੇ ਡਰੱਗ ਦੇ ਖਿਲਾਫ ਸਟੈਪ ਚੱਕਿਆ, ਬੜਾ ਸਲਾਘਾਯੋਗ ਕਦਮ ਹੈ, ਭਾਵੇਂ ਦੇਰ ਦਾ ਪਰ ਦਰੁਸਤ ਹੈ, ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ। ਪਰ ਜੋ ਮੇਰੇ ਭਰਾ ਮੇਰੇ ਵੀਰ ਇਸ ਚੀਜ਼ ਦੇ ਖਿਲਾਫ ਕਹਿੰਦੇ ਨੇ ਜਾਂ ਪਲੇਅਰਾਂ ਦੀ ਗੱਲ ਸੁਣਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਵਰਲਡ ਦੀਆਂ ਜਿੰਨੀਆਂ ਵੀ ਫੈਡਰੇਸ਼ਨਾਂ ਡਰੱਗ ਦੇ ਖਿਲਾਫ ਸਟੈਪ ਲੈ ਚੁੱਕੀਆਂ ਉਹਨਾਂ ਦਾ ਸਾਥ ਦੇਵੋ, ਕਿਉਂਕਿ ਆਪਾਂ ਮਾਵਾਂ ਦੇ ਪੁੱਤ ਮਰਨ ਨੂੰ ਬਚਾਉਣੇ ਨੇ, ਇਹ ਜ਼ਰੂਰੀ ਅੱਜ ਦਾ ਵਿਸ਼ਾ। ਮੇਰੇ ਵੀਰੋ, ਵੱਧ ਤੋਂ ਵੱਧ ਇਸ ਚੀਜ਼ ਦੇ ਉੱਤੇ ਬੋਲੋ, ਜਿੰਨਾ ਮੀਡੀਆ ਹੈ ਵੱਧ ਤੋਂ ਵੱਧ ਇਸ ਚੀਜ਼ ਨੂੰ ਵਿਚਾਰੇ, ਔਰ ਖਾਸ ਕਰਕੇ ਅਨਾਊਂਸਰ ਵੀਰਾਂ ਨੂੰ ਮੇਰੀ ਬੇਨਤੀ ਹੈ, ਸਾਡੇ ਸਾਰੇ ਭਰਾ ਨੇ, ਅਸੀਂ ਫੀਲਡ ਦੇ ਵਿੱਚ ਵਿਚਰਦੇ ਹਾਂ ਇੱਕ ਦੂਜੇ ਨਾਲ, ਅਨਾਊਂਸਰ ਵੀਰਾਂ 'ਤੇ ਵੀ ਬਹੁਤ ਕੁਛ ਡਿਪੈਂਡ ਕਰਦਾ,
ਕਬੱਡੀ ਦੇ ਪ੍ਰਮੋਟਰਾਂ 'ਤੇ ਬਹੁਤ ਬਹੁਤ ਕੁਛ ਡਿਪੈਂਡ ਕਰਦਾ। ਜਿਹੜਾ ਬੱਚਾ ਹੈ, ਬੱਚੇ ਨੇ ਤਾਂ ਰੋ ਕੇ ਚੀਜ਼ ਮੰਗਣੀ ਹੈ, ਉਹ ਤਾਂ ਘਰਦਿਆਂ ਨੂੰ ਪਤਾ ਕਿ ਉਹਨੂੰ ਦੇਣੀ ਹੈ ਕਿ ਨਹੀਂ ਦੇਣੀ, ਕਿਹੜੀ ਚੀਜ਼ ਨਾਲ ਉਹ ਬਿਮਾਰ ਹੋਏਗਾ, ਕਿਹੜੀ ਚੀਜ਼ ਨਾਲ ਉਹ ਤੰਦਰੁਸਤ ਹੋਏਗਾ। ਬੱਚੇ ਨੇ ਚੀਜ਼ ਜਿੱਦ ਕਰਕੇ ਮੰਗਣੀ ਹੈ। ਪਰ ਆਪਾਂ ਦੇਖਣਾ, ਕਬੱਡੀ ਨੂੰ ਚਲਾਉਣ ਵਾਲਿਆਂ ਨੂੰ, ਮੇਰਾ ਵੀਰਾਂ ਨੇ ਦੇਖਣਾ ਕੀ ਸਹੀ ਔਰ ਕੀ ਗਲਤ ਹੈ। ਬੜਾ ਜ਼ਰੂਰੀ ਹੈ ਕਬੱਡੀ ਦੇ ਉੱਤੇ ਵਿਚਾਰ। ਵੱਖੋ ਵੱਖ ਟੈਲੀਵਿਜ਼ਨਾਂ ਦੇ ਜਿਹੜੇ ਔਰਗਨਾਈਜ਼ਰ ਨੇ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਇਹਦੇ ਉੱਤੇ ਕਾਨਫਰੰਸਾਂ ਸੱਦੋ, ਇਹਦੇ ਉੱਤੇ ਡਿਬੇਟ ਕੀਤੀ ਜਾਵੇ ਵੱਖ ਵੱਖ ਕੰਟਰੀਆਂ ਦੇ ਵਿੱਚ। ਕਬੱਡੀ ਸਾਡੀ ਖੜੀ ਕਿੱਥੇ ਹੈ, ਜਿਹੜੀ ਇੰਡੀਆ ਲੈਵਲ 'ਤੇ ਵੀ ਰਜਿਸਟਰ ਨਹੀਂ ਹੋਈ ਹਜੇ ਤੱਕ। ਕੱਲ੍ਹ ਦੀਆਂ ਗੇਮਾਂ ਸ਼ੁਰੂ ਹੋਈਆਂ, ਅੱਜ ਓਲੰਪਿਕ, ਕਾਮਨਵੈਲਥ, ਏਸ਼ੀਆ ਗੇਮਾਂ ਦੇ ਵਿੱਚ ਵਰਲਡ ਚੈਂਪੀਅਨਸ਼ਿਪਾਂ ਹੋ ਰਹੀਆਂ ਨੇ, ਸਾਡੀ ਕਬੱਡੀ ਕਿੱਥੇ ਖੜੀ ਹੈ ਪੰਜਾਬ ਲੈਵਲ 'ਤੇ? ਔਰ ਅਸੀਂ ਕਿੱਥੇ ਖੜੇ ਹਾਂ ਉਹਨੂੰ ਚਲਾਉਣ ਵਾਲੇ? ਦਿਨੋ ਦਿਨ ਵੱਡੇ ਨਾਮ, ਬੜੇ ਵੱਡੇ ਕਾਰਨ, ਇਹ ਸਾਰੇ ਵਿਚਾਰਨ ਵਾਲੀਆਂ ਗੱਲਾਂ ਨੇ। ਮੇਰੇ ਜਿੰਨੇ ਵੀ ਮੇਰੇ ਵੀਰ, ਸਾਡੇ ਸਾਰੇ ਸੀਨੀਅਰ ਭਰਾ ਨੇ ਸਾਡੇ, ਬਹੁਤ ਕਬੱਡੀ ਨੂੰ ਪਿਆਰ ਕਰਦੇ ਨੇ, ਜਿਹੜਾ ਲੱਖਾਂ ਰੁਪਈਆ, ਕਰੋੜਾਂ ਰੁਪਈਆ ਜਿਹਨਾਂ ਨੇ ਕਬੱਡੀ 'ਤੇ ਲਾਤਾ ਹੈ, ਔਰ ਆਪਣੇ ਨਿਆਣਿਆਂ ਦੇ ਮੂੰਹ 'ਚੋਂ ਕੱਢ ਕੱਢ ਕੇ ਕਬੱਡੀ ਦੇ ਉੱਤੇ ਪੈਸਾ ਲਾਉਂਦੇ ਨੇ, ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਚੀਜ਼ ਦੇ ਉੱਤੇ ਤਵੱਜੋ ਦੇਈਏ, ਕਬੱਡੀ ਦੀ ਬਿਹਤਰੀ ਵਾਸਤੇ, ਕਬੱਡੀ ਦੀ ਪ੍ਰਫੁੱਲਤਾ ਵਾਸਤੇ ਕੰਮ ਕਰੀਏ। ਜਿਹੜੇ ਵੱਡੇ ਨਾਮ, ਵੱਡੇ ਕਾਰਨ ਬਣੀ ਜਾਂਦੇ ਨੇ, ਇਹਨਾਂ 'ਤੇ ਤਵੱਜੋ ਕਰੀਏ ਥੋੜ੍ਹੀ ਜਿਹੀ। ਸਾਡਾ ਆਪਣਾ ਮਨ ਦੁਖੀ ਹੋਇਆ, ਕੱਲ੍ਹ ਦੇ ਬੜੇ ਫੋਨ ਆਏ ਨੇ, ਅਸੀਂ ਵੀ ਪਿੰਡ ਲੈਵਲ 'ਤੇ ਬਹੁਤ ਵੱਡਾ ਟੂਰਨਾਮੈਂਟ ਪਿੰਡ ਮੌਲੀ ਕਰਾਉਂਦੇ ਹਾਂ, ਪਰ ਸਾਨੂੰ ਪੈਸੇ ਦੇਣ ਵਾਲੇ, ਸਾਨੂੰ ਡੋਨੇਸ਼ਨ ਦੇਣ ਵਾਲੇ ਸਾਥੋਂ ਵੀ ਇਹ ਸਵਾਲ ਪੁੱਛ ਰਹੇ ਨੇ। ਅਸੀਂ ਵੀ ਇਸ ਚੀਜ਼ ਦੀ ਵਿਚਾਰ ਕਰਨੀ ਹੈ ਕਿ ਇਹ ਵੱਡੇ ਟੂਰਨਾਮੈਂਟਾਂ ਤੋਂ ਤੋਬਾ ਕਰਕੇ ਜਾਂ ਤਾਂ ਬਿਲਕੁਲ ਹੀ ਕਬੱਡੀ ਨਾ ਕਰਾਈਏ, ਜੇ ਕਰਾਉਣਾ ਤਾਂ ਕੋਈ ਛੋਟਾ ਟੂਰਨਾਮੈਂਟ, ਛੋਟੀ ਵਜਨੀ ਕਬੱਡੀ ਕਰਾਈਏ, ਛੋਟੇ ਨਾਮ ਰੱਖ ਕੇ। ਅਸੀਂ ਵੀ ਇਸ ਚੀਜ਼ 'ਤੇ ਵਿਚਾਰ ਕਰਨ ਦੇ ਸਮਰੱਥ ਹੋਏ ਹਾਂ ਵੀ ਨਹੀਂ, ਕੁਛ ਕਿਤੇ ਨਾ ਕਿਤੇ ਕੁਛ ਨਾ ਕੁਛ ਗਲਤ ਹੈ। ਆਓ ਮੇਰੇ ਵੀਰੋ, ਹਮਲਾ ਮਾਰੋ, ਕਬੱਡੀ ਦੀ ਇੱਕ ਵਰਲਡ ਔਰਗਨਾਈਜੇਸ਼ਨ ਬਣੇ। ਇਹ ਸੰਭਵ ਕਿੱਦਾਂ ਹੋਣੀ ਆ? ਅਸੀਂ ਤਾਂ ਇੰਡੀਆ ਬੈਠੇ ਹਾਂ, ਜਿਹੜੇ ਬਾਹਰ ਬੈਠੇ ਵੱਖਰੀਆਂ ਵੱਖਰੀਆਂ ਕੰਟਰੀਆਂ 'ਚ ਵੱਡੀਆਂ ਫੈਡਰੇਸ਼ਨਾਂ ਹੈਗੀਆਂ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਆ, ਉਹ ਇਕਜੁੱਟ ਹੋ ਕੇ ਅਤੇ ਕਾਨਫਰੰਸ ਸੱਦਣ, ਸਾਰਿਆਂ ਨੂੰ ਸੱਦਾ ਪੱਤਰ ਦਿਓ। ਜਿੱਥੇ ਡੋਨੇਸ਼ਨ ਦੀ ਗੱਲ ਹੈ ਭਾਈ, ਇਸ ਕੰਮ ਦੇ ਵਿੱਚ ਅਸੀਂ ਇੰਡੀਆ ਰਹਿੰਦੇ, ਜੇ ਬਾਹਲਾ ਨਹੀਂ ਥੋੜ੍ਹਾ ਯੋਗਦਾਨ ਜ਼ਰੂਰ ਪਾ ਦੇਵਾਂਗੇ, ਸਾਨੂੰ ਵੀ ਸੁਨੇਹੇ ਲਾਓ। ਅੰਤ ਦੇ ਵਿੱਚ ਅਸੀਂ ਸ਼੍ਰੀ ਗੁਰੂ ਸੁਖਚੈਨਾਣਾ ਸਾਹਿਬ ਕਬੱਡੀ ਕਲੱਬ ਵੱਲੋਂ ਸਾਰਿਆਂ ਨੂੰ, ਸਮੁੱਚੀ ਟੀਮ ਜਿਹੜੀ ਸੁਖਚੈਨਾਣਾ ਸਾਹਿਬ ਦੀ ਆ, ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਇੱਥੇ ਸਟੈਪ ਚੱਕਿਆ ਜਾਵੇ। 11 ਖਿਡਾਰੀ ਇੱਕ ਸਾਲ ਦੇ ਵਿੱਚ, ਇੱਕ ਬਹੁਤ ਵੱਡਾ ਧੱਬਾ ਕਬੱਡੀ ਦੇ ਉੱਤੇ ਹੈ। ਚਲੋ, ਇਹ ਨਹੀਂ ਮੈਂ ਕਹਿੰਦਾ ਵੀ ਕਿਉਂ ਉਹਨਾਂ ਦੀਆਂ ਮੌਤਾਂ ਹੋਈਆਂ, ਮੈਂ ਕੋਈ ਇਹਦੇ ਵਿੱਚੋਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ, ਪਰ ਕਾਰਨ ਲੱਭੋ, ਨੋਟਿਸ ਦੇ ਉੱਤੇ ਸਾਰੀਆਂ ਫੈਡਰੇਸ਼ਨਾਂ ਆਪੋ ਆਪਣੀਆਂ ਮੀਟਿੰਗਾਂ ਸੱਦਣ ਵੀ ਇੰਨੀਆਂ ਮੌਤਾਂ ਇੱਕ ਸਾਲ ਦੇ ਵਿੱਚ ਹੋਈਆਂ, ਇਹਦਾ ਕਾਰਨ ਲੱਭੋ, ਨੋਟਿਸ ਲਾ ਕੇ ਅਤੇ ਬੜਾ ਇਸ ਚੀਜ਼ ਨੂੰ ਗਹਿਰਾ ਲਿਆ ਜਾਵੇ, ਔਰ ਛੇਤੀ ਤੋਂ ਛੇਤੀ ਇਹਦੇ ਉੱਤੇ ਵਿਚਾਰ ਕੀਤੀ ਜਾਵੇ, ਤਾਂ ਜੋ ਜਿਹੜੇ ਹੋਰ ਪਲੇਅਰ ਨੇ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ। ਕਿਸੇ ਹੋਰ ਗੇਮ ਦੇ ਵਿੱਚ ਕੋਈ ਪਲੇਅਰ ਨਹੀਂ ਮਰ ਰਿਹਾ ਸਿਵਾਏ ਕਬੱਡੀ ਤੋਂ, ਅਤੇ ਕਿਤੇ ਨਾ ਕਿਤੇ ਜਿਹੜੀਆਂ ਭੁੱਲਾਂ ਜਿੱਥੇ ਹੋ ਰਹੀਆਂ ਨੇ, ਆਪਾਂ ਉਹਨੂੰ ਆਉਣ ਵਾਲਾ ਸਮਾਂ ਬਿਹਤਰ ਬਣਾ ਲਈਏ, ਕਿਉਂਕਿ 11ਵੇਂ ਤੋਂ ਬਾਅਦ 12ਵਾਂ ਕਿਹੜਾ ਤਿਆਰ ਹੈ ਜਾਂ ਕਿਹਦੀ ਤਿਆਰੀ ਹੈ ਆਪਾਂ ਨਹੀਂ ਜਾਣਦੇ, ਪਰਮਾਤਮਾ ਨੂੰ ਪਤਾ। ਅਚਾਨਚੱਕ ਕਿਸੇ ਦੀ ਮੌਤ ਆ ਜਾਣੀ, ਇਹ ਤਾਂ ਸੁਭਾਵਿਕ ਗੱਲ ਹੈ, ਪਰ ਇਹ ਲਗਾਤਾਰ ਜਿਹੜੇ ਹੈਪਨ ਕਬੱਡੀ ਦੇ ਵਿੱਚ ਹੋ ਰਹੇ ਨੇ, ਕਬੱਡੀ ਨੂੰ ਚਲਾਉਣ ਵਾਲਿਆਂ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆਉਣ ਵਾਲੇ ਸਮੇਂ ਦੇ ਵਿੱਚ ਖੜ੍ਹ ਜਾਣਾ। ਮੇਰੇ ਵੀਰੋ, ਇਸ ਗੱਲ ਨੂੰ ਵਿਚਾਰ ਕੇ, ਬੜੇ ਸਾਡੇ ਸਿਆਣੇ ਸੂਝਵਾਨ, ਸਾਡੇ ਤੋਂ ਬਾਹਲੇ ਹੀ ਸੀਨੀਅਰ ਬੰਦੇ ਕਬੱਡੀ ਦੇ ਵਿੱਚ ਬੈਠੇ ਨੇ, ਔਰ ਮੈਨੂੰ ਇਹ ਵੀ ਪਤਾ ਕਿ ਬਹੁਤ ਬੰਦੇ ਘਰਾਂ 'ਚ ਬਹਿ ਗਏ ਨੇ ਇਸ ਗੱਲ ਨੂੰ ਲੈ ਕੇ ਵੀ ਨਹੀਂ ਸਾਡੀ ਕਿਹੜੀ ਕੋਈ ਸੁਣਵਾਈ ਆ। ਜਿਹੜੇ ਸਿਆਣੇ ਬੰਦੇ ਨੇ ਉਹ ਤੁਸੀਂ ਮੋਹਰੇ ਆਓ, ਕਬੱਡੀ ਨੂੰ ਚਲਾਉਣ ਵਾਸਤੇ ਸਾਨੂੰ ਸਾਰਿਆਂ ਦੀ ਲੋੜ ਹੈ। ਇੱਕ ਹੋਰ ਸੁਝਾਅ
ਜਿਹੜਾ ਪਬਲਿਕ ਵੱਲੋਂ ਹਮੇਸ਼ਾ ਸਾਹਮਣੇ ਆਉਂਦਾ, ਕਿਉਂਕਿ ਜਦੋਂ ਵੀ ਕਿਤੇ ਮਹਿਫਲ ਦੇ ਵਿੱਚ ਪੁਰਾਣੇ ਪਲੇਅਰਾਂ ਦੇ ਨਾਲ ਸਾਡੇ ਸੀਨੀਅਰ ਪਲੇਅਰਾਂ ਨਾਲ ਬੈਠੀ ਤਾਂ ਗੱਲ ਹਮੇਸ਼ਾ ਚੱਲਦੀ ਹੈ ਕਿ ਜੋ ਪੁਰਾਣੀ ਕਬੱਡੀ ਸੀਗੀ ਕਿਸੇ ਦਾ ਕੋਈ ਵੀ ਕਦੀ ਕੋਈ ਨੁਕਸਾਨ ਨਹੀਂ, ਕੋਈ ਗਿੱਟਾ ਤੱਕ ਨਹੀਂ ਕਿਸੇ ਦਾ ਮੁੱਚਦਾ ਹੁੰਦਾ, ਜੇ ਮੁੱਚ ਜਾਂਦਾ ਉਹਦੀ ਬੈਕਅਪ ਸੀਗੀ। ਹੁਣ ਤਾਂ ਕੋਈ ਪਲੇਅਰ ਇਹੋ ਜਿਹਾ ਬਚੇ ਨਹੀਂ ਜਿਹਦੇ ਇੰਜਰੀ ਨਹੀਂ ਹੋਈ। ਇਹਦਾ ਕਾਰਨ ਕੀ ਹੈ, ਕਬੱਡੀ ਇੱਕ ਤਾਂ ਖਿਡਾਈ ਬਹੁਤ ਜਾ ਰਹੀ ਆ ਹੱਦੋਂ ਵੱਧ, ਐਵਰੀ ਡੇ ਮੈਚ, ਚਾਰ ਚਾਰ ਥਾਂ 'ਤੇ ਟੂਰਨਾਮੈਂਟ ਹੁੰਦੇ ਨੇ, ਔਰ ਇਹਨਾਂ ਉੱਤੇ ਵੀ ਲਗਾਮ ਪਾਉਣੀ ਬੜੀ ਜ਼ਰੂਰੀ ਹੈ, ਕਿਉਂਕਿ ਪੁਰਾਣੇ ਪਲੇਅਰਾਂ ਦੇ ਨਾਲ ਹੀ ਆਪਾਂ ਨੂੰ ਸਿੱਖ ਲੈਣੀ ਪੈਣੀ ਆ ਵੀ ਕਬੱਡੀ ਤਾਂ ਉਹ ਵੀ ਖੇਡਦੇ ਰਹੇ ਨੇ, ਪਰ ਕੋਈ ਮਰਿਆ ਨਹੀਂ ਸੀਗਾ। ਇੱਕ ਪਲੇਅਰ ਦਾ ਮਰ ਜਾਣਾ ਉਸ ਗੇਮ ਨੂੰ ਬਹੁਤ ਵੱਡਾ ਘਾਟਾ ਮੰਨਿਆ ਜਾਂਦਾ। ਅਤੇ ਮੈਨੂੰ ਪਤਾ ਵੀ ਹੈਂਸੀ ਕਰੋਨੀ ਕ੍ਰਿਕਟ ਦਾ ਬਹੁਤ ਵਧੀਆ ਖਿਡਾਰੀ ਸਾਊਥ ਅਫਰੀਕਾ ਦਾ ਸੀਗਾ, ਅਤੇ ਉਹ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਉਹਦੀ ਡੈੱਥ ਹੋ ਗਈ ਸੀਗੀ। ਉਹਦੀ ਮੌਤ ਨੂੰ ਪੂਰੀ ਦੁਨੀਆ ਨੇ ਇੱਕ ਸੋਕ ਦੇ ਵਿੱਚ ਲਿਆ ਕਿ ਇੰਨਾ ਤਕੜਾ ਖਿਡਾਰੀ ਇਹ ਚਲਾ ਕਿੱਦਾਂ ਗਿਆ। ਪਰ ਸਾਡਾ ਅੱਜ 11ਵਾਂ ਖਿਡਾਰੀ ਚਲਾ ਗਿਆ, ਅਤੇ ਕਬੱਡੀ ਦੀ ਚਿੰਤਾ ਕਰਨ ਵਾਲੇ ਬੰਦਿਆਂ ਨੇ ਕੋਈ ਉਪਰਾਲਾ ਹਜੇ ਤੱਕ ਮੈਨੂੰ ਲੱਗਦਾ ਨਹੀਂ ਕੋਈ ਕੀਤਾ। ਡਰੱਗ ਟੈਸਟ ਠੀਕ ਹੈ, ਬਹੁਤ ਵਧੀਆ ਸਟੈਪ ਹੈ, ਕਿਤੇ ਨਾ ਕਿਤੇ ਇੱਥੇ ਵੀ ਬਹੁਤ ਲੇਟ ਹੋ ਗਏ ਆ, ਲੇਟ ਹੋਏ ਆ, ਪਰ ਮੇਰੀ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੇ ਤੁਸੀਂ ਇਹਨਾਂ ਤਕੜੇ ਹੋ ਕੇ ਹੁਣ ਫੈਸਲੇ ਲਏ ਆ ਇਹ 'ਤੇ ਅਟਲ ਰਹੋ, ਔਰ ਸਾਰੀ ਦੁਨੀਆ ਤੁਹਾਡੇ ਨਾਲ ਹੋਏਗੀ। ਅਤੇ ਇਹਨੂੰ ਲਾਮਬੰਦ ਕਰੀਏ ਮੇਰੇ ਵੀਰੋ, ਇਹਨੂੰ ਸੱਜੇ ਢੰਗ ਨਾਲ ਲੈ ਜਾਈਏ, ਕਿਸੇ ਦੇ ਅੱਗੇ ਝੁਕਿਓ ਨਾ, ਦੁਨੀਆ ਤੁਹਾਡੇ ਨਾਲ ਖੜੂ। ਬਾਕੀ ਕਬੱਡੀ ਨੂੰ ਚਲਾਉਣ ਵਾਲੇ ਸਾਰੇ ਸਾਡੇ ਸਤਿਕਾਰਯੋਗ ਨੇ। ਮੈਂ ਆਪਣੀਆਂ ਇੱਛਾਵਾਂ ਦੇ ਮੁਤਲਕ ਸਾਰਿਆਂ ਤੋਂ ਮਾਫ਼ੀ ਮੰਗਦਾ, ਜੇ ਕਿਸੇ ਦੀ ਸ਼ਾਨ ਦੇ ਖਿਲਾਫ਼ ਕਿਸੇ ਦਾ ਦਿਲ ਦਿਖਾਉਣ ਦੀ ਕੋਸ਼ਿਸ਼ ਮੇਰੇ ਤੋਂ ਹੀ ਹੋਏ, ਮੈਂ ਦੋਵੇਂ ਹੱਥ ਜੋੜ ਸਾਰਿਆਂ ਤੋਂ ਮਾਫ਼ੀ ਮੰਗਦਾ। ਪਰ ਇਹ ਇੱਕ ਬੜੀ ਵੱਡੀ ਸੱਚਾਈ ਹੈ, ਦੁਨੀਆ ਦੇ ਸਾਹਮਣੇ ਲਿਆਉਣ ਵਾਲੀ ਹੈ, ਔਰ ਆਪਾਂ ਨੂੰ ਬਹੁਤ ਜਲਦ ਇਹ ਵੀ ਕਰਨਾ ਪਵੇਗਾ ਕਿ ਜਿੰਨੀਆਂ ਵੀ ਕਲੱਬਾਂ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਚੱਲ ਰਹੀਆਂ ਨੇ, ਉਹ ਜਿੰਨੇ ਵੀ ਉਹਨਾਂ ਦੇ ਖਿਡਾਰੀ ਖੇਡਦੇ ਨੇ, ਉਹ ਇੱਕ ਡਾਟਾ ਜਿਹੜਾ ਆ ਉਹ ਇੱਕ ਵਰਲਡ 'ਚ ਔਰਗਨਾਈਜੇਸ਼ਨ ਬਣੇ, ਉਹਦੇ ਨਾਲ ਅਟੈਚ ਹੋਵੇ, ਔਰ ਸਾਰੇ ਹੀ ਖਿਡਾਰੀਆਂ ਦੀ ਘੱਟੋ ਘੱਟ ਮਿਨੀਮਮ ਘੱਟੋ ਘੱਟ 1 ਲੱਖ ਜਾਂ 2 ਲੱਖ ਰੁਪਏ ਤੱਕ ਤਾਂ ਇੰਸ਼ੋਰੈਂਸ ਜ਼ਰੂਰੀ ਹੋਣੀ ਚਾਹੀਦੀ ਆ। ਕੋਈ ਵੀ ਉਹਦੇ ਨਾਲ ਇੰਜਰੀ ਹੋ ਜਾਂਦੀ ਆ ਜਾਂ ਜਿੱਦਾਂ ਦੇ ਹੈਪਨ ਹੋ ਰਹੇ ਨੇ ਉਹਨਾਂ ਦੇ ਘਰਦਿਆਂ ਤੱਕ ਜਾਂ ਉਸ ਪਲੇਅਰ ਦੀ ਇੰਜਰੀ ਦੀ ਬੈਕਅਪ ਵਾਸਤੇ ਇੱਕ ਲਿਮਿਟਡ ਮਨੀ ਹਰ ਕਲੱਬ ਕੋਲ ਪਈ ਹੋਣੀ ਚਾਹੀਦੀ ਹੈ, ਜਿਹਦਾ ਉਹ ਹਿਸਾਬ ਕਿਤਾਬ ਕਿਸੇ ਫੈਡਰੇਸ਼ਨ ਨੂੰ ਜਾਂ ਕੋਈ ਵਰਲਡ ਔਰਗਨਾਈਜੇਸ਼ਨ ਹੋਵੇ ਉਹਨੂੰ ਦੇ ਸਕਣੇ, ਵੀ ਬੜਾ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਦੇਖਦੇ ਹਾਂ ਵੀ ਪਲੇਅਰ ਅਪਕਮਿੰਗ ਹੁੰਦਾ, ਉੱਠਣ ਵਾਲਾ ਹੁੰਦਾ, ਵਧੀਆ ਪਲੇਅਰ ਬਣਨ ਵਾਲਾ ਹੁੰਦਾ, ਉਹਦੇ ਸੱਟ ਲੱਗ ਜਾਂਦੀ ਹੈ, ਅਤੇ ਉਹ ਘਰ ਖਾ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ ਜੀ, ਘਰੋਂ ਹੀ ਇਲਾਜ ਕਰਵਾਉਂਦਾ, ਕੋਈ ਉਹਦੀ ਬਾਤ ਨਹੀਂ ਪੁੱਛਦਾ। ਇਹ ਵੀ ਪਲੇਅਰਾਂ ਦੇ ਹੱਕ ਦੀ ਵੀ ਗੱਲ ਆਪਾਂ ਨੂੰ ਕਰਨੀ ਪੈਣੀ ਹੈ। ਸਾਰੀਆਂ ਗੱਲਾਂ ਦੇ ਵਿਚਾਰ ਜਿਹੜੇ ਨੇ ਤਾਂ ਹੀ ਸੰਭਵ ਨੇ, ਜੇ ਸਾਰੇ ਵਰਲਡ ਦੇ ਕਬੱਡੀ ਦੇ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਉਹ ਇੱਕ ਸੁਰ ਹੋ ਕੇ ਇੱਕ ਟੇਬਲ 'ਤੇ ਬੈਠ ਕੇ ਕੋਈ ਕਬੱਡੀ ਦੀ ਭਵਿੱਖ ਨੂੰ ਉਲੀਕਣਗੇ, ਕਬੱਡੀ ਦੀ ਗੱਲ ਕਰਨਗੇ। ਸੋ ਇੰਨੀਆਂ ਕੁ ਬੇਨਤੀਆਂ ਗੁਰਦੁਆਰਾ ਸੁਖਚੈਨਣਾ ਸਾਹਿਬ ਕਬੱਡੀ ਕਲੱਬ ਫਗਵਾੜੇ ਵੱਲੋਂ ਕਬੂਲ ਕਰਿਓ ਜੀ, ਇਹ ਸਾਡੀ ਸਾਰੀ ਔਰਗਨਾਈਜੇਸ਼ਨ ਵੱਲੋਂ ਮੈਨੂੰ ਹੁਕਮ ਹੋਇਆ ਸੀ ਵੀ ਆਪਾਂ ਕੋਈ ਪਹਿਲ ਕਰੀਏ, ਆਪਾਂ ਬੇਨਤੀ ਲਾਈਏ। ਸਾਡੇ ਮਾਨਕ ਬ੍ਰਦਰ ਇੰਗਲੈਂਡ ਬੈਠੇ ਨੇ, ਇਸ ਨਾਲ ਹੀ ਬੇਨਤੀਆਂ ਨੇ ਸਾਰੇ, ਆਪਾਂ ਇਹ 'ਤੇ ਤਵੱਜੋ ਦੇਈਏ ਜੀ। ਖਿਮਾ ਦਾ ਜੱਜ ਜੀ ਤੁਹਾਡਾ, ਆਪਣਾ ਗੁਰਪਾਲ ਸਿੰਘ ਪਾਲਾ, ਪਿੰਡ ਮੌਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।